ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਤਵਿੰਦਰ ਸਿੰਘ ਪੰਜਾਬ ਐਗਰੋ ਤੋਂ ਡਿਸਟ੍ਰਿਕਟ ਸੁਪਰਵਾਈਜ਼ਰ ਆਰਗੈਨਿਕ ਫਾਰਮਿੰਗ ਤੇ ਅੱਜ ਅਸੀਂ ਪਹੁੰਚੇ ਹਾਂ ਹਰੀਓਮ ਹੁਣਾਂ ਕੋਲ ਜਿਨ੍ਹਾਂ ਦਾ ਪਿੰਡ ਬੂੰਗੜੀ ਬੜਾ ਚੋਰ ਲਾਗੇ ਹੈਗਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਇਹ ਆਪਣੇ ਨਾਲ ਆਰਗੈਨਿਕ ਫਾਰਮਿੰਗ ਪਹਿਲਾਂ ਕਰਦੇ ਸੀ ਹੁਣ ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਆਪਾਂ ਸਰਟੀਫਾਈਡ ਕਰਦੇ ਹਾਂ ਪੰਜਾਬ ਦੇ ਵਿੱਚ ਇੱਕੋ ਇੱਕ ਅਦਾਰਾ ਜੀ ਪੰਜਾਬ ਐਗਰੋ ਜਿਹੜਾ ਆਰਗੈਨਿਕ ਫਾਰਮਰ ਹੈਗੇ ਆ ਉਹਨਾਂ ਦੇ ਫਾਰਮਰ ਨੂੰ ਸਰਟੀਫਾਈਡ ਕਰਦਾ ਹੈ ਤੇ ਆਪਾਂ ਇਹਨਾਂ ਨੂੰ ਵੀ ਹੁਣ ਆਪਣੇ ਨਾਲ ਜੋੜਿਆ ਤੇ ਇਸ ਦੇ ਨਾਲ ਨਾਲ ਇਹ ਬਹੁਤ ਵਧੀਆ ਆਪਣਾ ਕੰਮ ਵਰਮੀ ਕੰਪੋਸਟ ਦਾ ਕਰਦੇ ਨੇ ਤੇ ਆਪਾਂ ਥੋੜਾ ਜਿਹਾ ਕਵਾਂਗੇ ਇਹਨਾਂ ਨੂੰ ਕਿ ਥੋੜੀ ਜਿਹੀ ਇਨਫੋਰਮੇਸ਼ਨ ਆਪਣੇ ਫਾਰਮ ਬਾਰੇ ਦੇਣ ਤੇ ਵਰਮੀ ਕੰਪੋਸਟ ਬਾਰੇ ਹਰੀਓਮ ਜੀ ਥੋੜਾ ਦੱਸੋ ਇਹਦੇ ਬਾਰੇ ਤੇ ਤੁਸੀਂ ਕਦੋਂ ਤੋਂ ਕਰ ਰਹੇ ਹੋ ਤੇ ਕਿੱਦਾਂ ਕਿੱਦਾਂ ਕੀ ਪ੍ਰੋਸੀਜਰ ਹੈ ਸਤਿ ਸ੍ਰੀ ਅਕਾਲ ਬਾਈ ਜੀ ਮੈਂ ਵਰਮੀ ਕੰਪੋਸਟ ਦਾ ਕੰਮ ਕਰਦਾ ਜੀ ਆਪਣਾ ਯੂਨਿਟ ਹੈ ਜੀ ਮੇਰਾ ਯੂਪੀ ਤੋਂ ਮੈਂ ਟ੍ਰੇਨਿੰਗ ਲਈ ਸੀ ਮੇਰਠ ਤੋਂ ਜੀ ਅੱਛਾ ਤੇ ਵਧੀਆ ਕੰਮ ਜੀ ਕਿੰਨੇ ਟਾਈਮ ਤੋਂ ਕਰ ਰਹੇ ਹੋ ਜੀ ਇਹ 3 ਸਾਲ ਹੋ ਗਏ बहुत वधिया कर रहे अपना वर्मी कंपोस्ट करके अपने फार्म भी यूज कर देने लोगों नूं भी हो देने वाजिब रेट ते दिंदे ने ਤੇ ਇਸੇ ਰਿਗਾਰਡਿੰਗ ਆਪਣੇ ਕੋਲ ਫਰੀਦਕੋਟ ਤੋਂ ਦੇਖੋ ਕਿੰਨੀ ਦੂਰ ਹੈਗਾ ਆ ਉੱਥੋਂ ਫਾਰਮਰ ਆਏ ਹੋਏ ਨੇ ਰਾਜੀਪ ਸਿੰਘ ਹੋਣੀਆਂ ਇਹਨਾਂ ਦਾ ਦੀਪ ਸਿੰਘ ਵਾਲਾ ਪਿੰਡ ਹੈਗਾ ਆ ਉੱਥੋਂ ਆਏ ਹੋਏ ਨੇ ਤੇ ਮੜੇ ਤੁਸੀਂ ਦੱਸੋ ਕਿ ਕਦੋਂ ਤੋਂ ਤੁਸੀਂ ਹਰੀਓਮ ਜੀ ਕੋਲ ਆ ਰਹੇ ਹੋ ਤੇ ਕਿੱਦਾਂ ਟ੍ਰੇਨਿੰਗ ਕਿੱਦਾਂ ਤੁਹਾਡਾ ਕੰਟੈਕਟ ਹੋਇਆ ਸਾਨੂੰ ਹੋ ਗਿਆ ਜੀ ਟਾਈਮ 2-3 ਮਹੀਨੇ ਹੋ ਚੱਲੇ ਆ ਬਾਈ ਜੀ ਬਾਰੇ ਪਤਾ ਲੱਗਿਆ ਸੀਗਾ ਤੇ ਵਰਮੀ ਦਾ ਕੰਮ ਕਰਦੇ ਅਸੀਂ ਸਾਨੂੰ ਵੀ ਹੋਇਆ ਵੀ ਸਾਨੂੰ ਵੀ ਇਹਦੇ ਵਿੱਚ ਯੋਗਦਾਨ ਦੇਣਾ ਚਾਹੀਦਾ ਵਰਮੀ ਦੇ ਵਿੱਚ ਕਿਉਂਕਿ ਇਹਦੀ ਲੋੜ ਆ ਅੱਜ ਆਪਣੇ ਪੰਜਾਬ ਨੂੰ ਕਿਉਂਕਿ ਜੋ ਬਿਮਾਰੀਆਂ ਹੋ ਰਹੀਆਂ ਆਪਣੇ ਉਹ ਆਪਣੇ ਪੈਸਾਈਡ ਤੋਂ ਹੋ ਰਹੀਆਂ ਨੇ ਤੇ ਮੈਨੂੰ ਵੀ ਹੋਇਆ ਕਿ ਮੈਂ ਵੀ ਆਪਣਾ ਅਗਲਾ ਸਟੈਪ ਵਧਾਵਾਂ ਇਹਦੇ ਵਾਸਤੇ ਵਰਮਿੰਗ ਵਾਸਤੇ ਤੇ ਕੋ ਲੋਕਾਂ ਨੂੰ ਕੋਈ ਚਾਹੀਦੀ ਚੀਜ਼ ਦਵਾਂ ਜਿਵੇਂ ਔਰਗੈਨਿਕ ਹੋਵੇ ਜਿਹੜੀ ਚੀਜ਼ ਦੇ ਵਿੱਚ ਤੇ ਬਾਈ ਜੀ ਬਾਰੇ ਪਤਾ ਲੱਗਿਆ ਸੀਗਾ ਤੇ ਅਸੀਂ ਫਿਰ ਪਹਿਲਾਂ ਆਏ ਸੀਗੇ ਪਹਿਲਾਂ ਬਾਈ ਬਾਰੇ ਸਿੱਖਿਆ ਵੀ ਕੀ ਚੀਜ਼ ਆ ਇਹ ਕਿਵੇਂ ਵਰਮੀ ਕਿਵੇਂ ਕਰਦੇ ਆ ਬਾਈ ਜੀ ਬਾਰੇ ਹਨਾ ਤੇ ਗਡੋਏ ਬਾਰੇ ਪਤਾ ਲੱਗਿਆ ਵੀ ਪਹਿਲਾਂ ਤੁਸੀਂ ਗੇੜੇ ਮਾਰਦੇ ਹਾਂਜੀ 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 ਫਰੀਦਕੋਟ ਤੋਂ ਦੇਖੋ ਸਪੈਸ਼ਲ ਸਿੱਖਣ ਦੇ ਲਈ ਆਉਂਦੇ ਰਹੇ ਹਾਂ ਬਹੁਤ ਵਧੀਆ ਚੀਜ਼ ਹੈ ਤੇ ਵੈਸੇ ਤੁਹਾਡਾ ਤਾਂ ਮਾਲਵੇ ਦੇ ਵਿੱਚ ਵੈਸੇ ਹੀ ਜ਼ਹਿਰ ਦਾ ਬਹੁਤ ਹੋ ਚੁੱਕਾ ਹੈ ਪ੍ਰਕੋਪ ਹਾਂਜੀ ਹਾਂਜੀ ਉਸੇ ਚੀਜ਼ ਨੂੰ ਅਸੀਂ ਵੇਖਦੇ ਹੋਏ ਅਸੀਂ ਇਹ ਇਸ ਪਾਸੇ ਆ ਰਹੇ ਹਾਂ ਤੇ ਅਸੀਂ ਹੋਰ ਵੀ ਜਦੋਂ ਸਾਡਾ ਯੂਨਿਟ ਲੱਗ ਗਿਆ ਜਾਂ ਅਸੀਂ ਜਦੋਂ ਇਹਦਾ ਕੰਮ ਕਰ ਲਿਆ ਅਸੀਂ ਹੋਰ ਵੀ ਮੁੰਡੇ ਨੂੰ ਲੈ ਕੇ ਆਵਾਂਗੇ ਵੀ ਇਹਦੇ ਬਾਰੇ ਵੀ ਯੋਗਦਾਨ ਦੋ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਹੈ ਜੀ ਤੇ ਹੁਣ ਤੁਸੀਂ ਕੀ ਲੈ ਕੇ ਚੱਲੇ ਹੋ ਇਹਨਾਂ ਕੋਲੋਂ ਅਸੀਂ ਗਡੋਆ ਲੈ ਕੇ ਚੱਲੇ ਥੋੜੀ ਖਾਦ ਲੈ ਕੇ ਚੱਲੇ ਅਸੀਂ ਵੀ ਕਿਉਂਕਿ ਅਸੀਂ ਆਪਦੇ ਤਿਆਰ ਕਰ ਰਹੇ ਹਾਂ ਵੀ ਕਣਕ ਵੀ ਅਸੀਂ ਔਰਗੈਨਿਕ ਤਿਆਰ ਕਰਾਂਗੇ ਸਬਜ਼ੀਆਂ ਵੀ ਤੇ ਫਲ ਫਰੂਟ ਵੀ ਜੋ ਅਸੀਂ ਲੋਕਾਂ ਨੂੰ ਜਿਹੜਾ ਕੁਝ ਪ੍ਰੋਵਾਈਡ ਕਰ ਸਕਦੇ ਅਸੀਂ ਉਹ ਕਰਾਂਗੇ ਜਿਹੜਾ ਕੋਈ ਆਪਣੇ ਪੰਜਾਬ ਦੇ ਵਿੱਚ ਹੋ ਰਿਹਾ ਵੀ ਕਿਉਂਕਿ ਇੱਥੇ ਕੈਂਸਰ ਦੇ ਪੇਸ਼ੈਂਟ ਬਹੁਤ ਜ਼ਿਆਦਾ ਵੱਧ ਚੁੱਕੇ ਆ ਤੇ ਇਸੇ ਕਰਕੇ ਕਿਉਂਕਿ ਪੈਸਾ ਜੋ ਬਹੁਤ ਜ਼ਿਆਦਾ ਪੈ ਗਿਆ ਹੈ ਤੇ ਇਹਦੇ ਵਾਸਤੇ ਕਿਉਂਕਿ ਹੁਣ ਆਪਾਂ ਨੂੰ ਇਹਦੀ ਮਾਤਰਾ ਘਟਾਉਣੀ ਪੈਣੀ ਹੈ ਜੇ ਜੈਵਿਕ ਵੱਲ ਆਉਣਾ ਜੇ ਆਪਾਂ ਜ਼ਿੰਦਗੀ ਆਪਦੀ ਲੰਮੀ ਬਤੀਤ ਕਰਨੀ ਆ ਤੇ ਇਹਦੀ ਲੋੜ ਆ ਆਪਾਂ ਨੂੰ ਔਰਗੈਨਿਕ ਦੀ ਲੋੜ ਆ ਇਹਦੀ ਖਾਦ ਦੀ ਲੋੜ ਆ ਜਾਂ ਕੁਝ ਵੀ ਆ ਤੁਸੀਂ ਆਪਣਾ ਇੱਕ ਪੈਕਟ ਦਿਖਾ ਲਿਓ ਇੱਕ ਕਿਲੋ ਦੀ ਪੈਕਿੰਗ ਹੈ ਜੀ ਹਰੀਓਮ ਆਪਣੀ ਮਤਲਬ ਇੱਥੇ ਜਿਹੜਾ ਬਣਿਆ ਹੋਇਆ ਇੱਦਾਂ ਦੀ ਆ ਕਿ ਬਾਹਰੋਂ ਖਾਵਾ ਕੇ ਤੇ ਪਾ ਲਿਆ ਆਪਣਾ ਬਣਾ ਕੇ ਆਪਣੇ ਨਾਮ ਦਾ ਹੁਣ ਇਹਨਾਂ ਨੇ ਬ੍ਰਾਂਡ ਬਣਾਇਆ ਹਰੀਓਮ ਇਧਰ ਆਪਣੇ ਇਲਾਕੇ ਚ ਤਾਂ ਬਹੁਤ ਫੇਮਸ ਤੇ ਦੇਖੋ ਹੁਣ ਆਲੇ ਦੁਆਲੇ ਦੇ ਇਲਾਕੇ ਦੇ ਵਿੱਚੋਂ ਵੀ ਮਤਲਬ ਫਰੀਦਕੋਟ ਕਿੱਥੇ ਨੇ ਇਸੇ ਤਰ੍ਹਾਂ ਮਾਨਸੇ ਇਲਾਕੇ ਜਾਂ ਹੋਰ ਸੰਗਰੂਰ ਵੱਲੋਂ ਉਧਰੋਂ ਵੀ ਇਹਨਾਂ ਫਾਰਮਰ ਆਉਂਦੇ ਨੇ ਟ੍ਰੇਨਿੰਗ ਲੈਂਦੇ ਨੇ ਤੇ ਵਰਮੀ ਸੋਇਲ ਵਰਮੀ ਕੰਪੋਸਟ ਤੋਂ ਇਲਾਵਾ ਗੰਡੋਏ ਵਗੈਰਾ ਲੈ ਕੇ ਜਾ ਕੇ ਉਧਰ ਆਪਣੇ ਵੀ ਉਹ ਜਿਹੜਾ ਹੈਗਾ ਸੈਟਅਪ ਕਰ ਰਹੇ ਨੇ ਜਿਵੇਂ ਆਹ ਬਾਈ ਜੀ ਹੁਣੀ ਕਰ ਰਹੇ ਆ ਸਤਿ ਸ੍ਰੀ ਅਕਾਲ ਜੀ ਮੈਂ ਜੀ ਲੱਖਾ ਬਰਾੜ ਪਿੰਡ ਦੀਪ ਸਿੰਘ ਵਾਲਾ ਡਿਸਟ੍ਰਿਕਟ ਫਰੀਦਕੋਟ ਅਸੀਂ ਜੀ ਸਾਨੂੰ ਪਤਾ ਲੱਗਾ ਵੀ ਇਹ ਹਰੀਓਮ ਜੀ ਆ ਜਾਓ ਉਰੇ ਆਓ ਹਰੀਓਮ ਜੀ ਸਾਨੂੰ ਪਤਾ ਲੱਗਾ ਵੀ ਹਰੀਓਮ ਜੀ ਗੁੜਿਆਂ ਦੀ ਜੈਵਿਕ ਜਿਹੜੀ ਖਾਦ ਆ ਉਹ ਤਿਆਰ ਕਰਦੇ ਆ ਤੇ ਇਹਨਾਂ ਨੂੰ ਪਹਿਲਾਂ ਮੇਰਾ ਬੇਟਾ ਆਇਆ ਇਹਨਾਂ ਕੋਲ ਰਾਤ ਲਾ ਕੇ ਗਿਆ ਇਹਨਾਂ ਤੋਂ ਸਿੱਖ ਕੇ ਗਿਆ ਸਾਰਾ ਕਾਰੋਬਾਰ ਜਿਵੇਂ ਕਿਵੇਂ ਚਲਾਉਣਾ ਇਹ ਤੇ ਇਹ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਜੀ ਜਿਹੜਾ ਖਾਦਾਂ ਤੋਂ ਤੇ ਸਪਰੇਆਂ ਤੋਂ ਬਿਨਾਂ ਜਿਹੜੀ ਇਹ ਖੇਤੀ ਵੀ ਤਿਆਰ ਕਰਦੇ ਆ ਜੀ ਕਣਕ ਵੀ ਬੀਜੀ ਇਹਨਾਂ ਨੇ ਕਣਕ ਇਹਨਾਂ ਨੇ 3-4 ਹਜ਼ਾਰ ਦੇ ਕੁਇੰਟਲ ਦੇ ਹਿਸਾਬ ਨਾਲ ਵੇਚੀ ਆ ਜੀ ਔਰ ਖੇਤੀ ਕਰਕੇ ਤੇ ਬਹੁਤ ਵਧੀਆ ਇਹਨਾਂ ਦਾ ਪ੍ਰੋਗਰਾਮ ਆ ਤੇ ਇਹਨਾਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਆ ਤੇ ਇੱਥੇ ਹੋਰ ਵੀ ਕਈਆਂ ਜ਼ਿਲ੍ਹਿਆਂ ਤੋਂ ਬੰਦੇ ਆਏ ਇਹਨਾਂ ਕੋਲੇ ਮਿਲਣਾ ਇਹਨਾਂ ਦਾ ਵੇਖਣਾ ਸਿਸਟਮ ਵੀ ਕਿਵੇਂ ਚੱਲ ਰਿਹਾ ਕੀ ਆ ਗਾਂ
ਅਸੀਂ ਵੀ ਚਲਾਉਣਾ ਮੇਰੇ ਬੇਟੇ ਨੇ ਚਲਾਉਣਾ ਜੀ ਇਹ ਹਾਂਜੀ ਔਰ ਖੇਤੀ ਕਰਨੀ ਅਸੀਂ ਆਪ ਮੇਰੇ ਕੋਲ 16-17 ਕਿੱਲੇ ਏਕੜ ਜ਼ਮੀਨ ਹੈਗੀ ਆ ਜੀ ਤੇ ਬਹੁਤ ਵਧੀਆ ਕਾਰੋਬਾਰ ਆ ਖੇਤੀ ਚੰਗੀ ਆ ਤੇ ਬਾਕੀ ਅਸੀਂ ਇਹ ਇਹਨਾਂ ਨੂੰ ਵੇਖ ਕੇ ਅਸੀਂ ਇਹ ਵੀ ਅਸੀਂ ਵੀ ਖੇਤੀ ਕਰਨ ਲੱਗੇ ਇਹ ਤੇ ਗੰਡੋਏ ਵੀ ਲੈ ਕੇ ਚੱਲੇ ਇਹਨਾਂ ਤੋਂ ਖਾਦ ਵੀ ਲੈ ਕੇ ਚੱਲੇ ਆ ਜੀ ਤੇ ਇਹਨਾਂ ਤੋਂ ਹੋਰ ਵੀ ਬਹੁਤ ਅਸੀਂ ਇਹਨਾਂ ਤੋਂ ਇੰਟਰਵਿਊ ਲਈ ਆ ਸਾਰੀ ਇਹਨਾਂ ਨਾਲ ਗੱਲਬਾਤ ਕੀਤੀ ਆ ਤੇ ਬਹੁਤ ਵਧੀਆ ਇਹਨਾਂ ਨੇ ਜਿਹੜਾ ਕਾਰੋਬਾਰ ਚਲਾਇਆ ਜੀ ਆਪਾਂ ਇੱਕ ਵਾਰ ਗੰਡੋਏ ਦਾ ਪਿੰਡ ਦਿਖਾ ਦਈਏ ਮਾੜੇ ਮਾੜੇ ਤੇ ਬਾਕੀ ਹੋਰ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈਗੀ ਆ ਕਿ ਕੱਲੀ ਫਾਰਮਿੰਗ ਨਾ ਕਰੀਏ ਆਪਾਂ ਨਾਲ ਨਾਲ ਇਹੋ ਜਿਹੇ ਕੰਮ ਕਰੀਏ ਤਾਂ ਕਿ ਇੱਕ ਸੁਚੱਜੇ ਢੰਗ ਨਾਲ ਸਾਡਾ ਕੰਮ ਚੱਲ ਸਕੇ ਬਿਲਕੁਲ ਫਾਰਮਿੰਗ ਤੇ ਨਿਰਭਰ ਨਾ ਹੋ ਜਾਈਏ ਉਹ ਵੀ ਦੇਖ ਲਵਾਂਗੇ ਇਸ ਨੀ ਕੋਈ ਨਾ ਹੀ ਮਤਲਬ ਇਨਵਾਇਰਮੈਂਟ ਨੂੰ ਕੋਈ ਇਹਦਾ ਇਫੈਕਟ ਹੈਗਾ ਸਾਰਾ ਕੁਛ ਨੈਚੁਰਲ ਹੈ ਚੱਲ ਰਿਹਾ ਸਾਰਾ